ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਕੀ ਹਾਲ ਚਾਲ ਨੇ ਸਾਰਿਆਂ ਦੇ। ਅੱਜ ਆਪਾਂ ਆਪਣਾ ਪਹਿਲਾ ਬਲੌਗ ਸਟਾਰਟ ਕਰਨ ਜਾ ਰਹੇ ਹਾਂਗੇ, ਅਤੇ ਤੁਹਾਨੂੰ ਪਤਾ ਹੀ ਆਪਣੇ ਕੰਮ ਦਾ, ਤਾਂ ਆਪਣਾ ਕੱਪੜੇ ਦਾ ਕੰਮ ਸਫਾਈ ਦਾ, ਜੈਂਟਸ ਦਾ। ਅਤੇ ਹੁਣ ਚੱਲੇ ਸੀਗੇ ਸੰਗਰੂਰ ਮੈਂ ਅਤੇ ਬੱਬੂ। ਹਾਂਜੀ ਵੀਰੇ, ਅਤੇ ਅਗਲਾ ਬਲੌਗ ਅੱਗੇ ਸਟਾਰਟ ਕਰਾਂਗੇ, ਅਤੇ ਬਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਾਈ, ਇੰਟਰਸਟਿੰਗ ਰਹਿਣਾਗਾ। ਸਾਰੇ ਦੁਕਾਨਦਾਰਾਂ ਦਾ ਹਾਲ ਚਾਲ ਪੁੱਛਾਂਗੇ ਬਲੌਗ 'ਚ, ਕਿਵੇਂ ਚੱਲ ਰਿਹਾ ਕਰੋਨਾ ਦੀ ਮਾਰ, ਕਿਉਂਕਿ ਵਪਾਰੀ ਬੰਦੇ ਨੂੰ ਇੱਥੇ ਬਹੁਤ ਅਸਰ ਪੈ ਰਿਹਾਗਾ। ਲਾਸਟ ਕਾਊਂਟਰ ਹੈ ਇਹ, ਫਿਟਿੰਗ ਦੇਖੋ ਕਿੰਨੀ ਸੋਹਣੀ ਕਰੀ ਹੋਈ ਹੈ, ਆਪਾਂ ਹੀ ਕਰਵਾਈ ਸੀ। ਹਾਂਜੀ ਬਾਈ, ਅੱਜ ਤਾਂ ਫਾਈਨਲੀ ਸਾਰਾ ਸਫ਼ਰ ਹੋ ਗਿਆ ਖਤਮ, ਅਤੇ ਪਿੰਡ ਪਹੁੰਚਿਆਂਗੇ ਹੁਣ, ਨਹੀਂ ਤਾਂ ਸ਼ਾਮ ਹੋ ਜਾਂਦੀ ਸੀ ਪਹਿਲਾਂ ਤਾਂ। ਹੁਣ ਸਰਕਾਰ ਨੇ 2 ਵਜੇ ਤੱਕ ਦੁਕਾਨਾਂ ਦਾ ਖੋਲ੍ਹਣ ਦਾ ਕਰਿਆ ਹੋਇਆ, ਤਾਂ ਕਰਕੇ ਬਾਈ 2 ਵਜੇ ਤੋਂ ਬਾਅਦ ਕਿਤੇ ਜਾ ਨਹੀਂ ਸਕਦੇ ਹੈਗੇ, ਜਿਵੇਂ ਮਾਮੇ ਚਲਾਉਣ ਨੂੰ ਸਕਦੇ ਅਤੇ ਕਿਤੇ ਆਉਣ ਕੱਲ੍ਹ ਨੂੰ ਨਵਾਂ ਮਾਲ ਆਊਗਾ, ਥੋੜ੍ਹਾ ਮੋਟਾ ਰਹਿ ਗਿਆ, ਚਲੋ ਕੱਲ੍ਹ ਨੂੰ ਨਾਲ ਦੇ ਦਾਂਗੇ। ਚਲੋ ਬਾਈ, ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਤਾਂ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਅਤੇ ਅੱਗੇ ਬਲੌਗ ਆਉਂਦੇ ਰਹਿਣਗੇ, ਅਤੇ ਬੈੱਲ ਆਈਕਨ ਨੂੰ ਦਬਾ ਦਿਓ। ਧੰਨਵਾਦ।